गली असी चंगिया चारी बुरिया हाँ मनों सुदा कालिया बाहर चिटलिया गला नाल ते सारे ही चंगे है पर गले गुरमुखन जेड़े सतगुरु दे दर ते प्रवान होंगे जेड़े सतगुरु दे घर विच प्रवान होंगे भाई वीर सिंह कहिंदे होशां नालों मस्ती चंगी रात दी सदा टिकाणे एहो जी होशी कादी जिन्हां ने मस्ती खत्म कर दिती रंगे हुए गुरमुख हमेशा मस्त रहिंदे ने सतगुर की सेवा सफल है सतगुर की सेवा सफल है जानत भले बुरे की पीर पहचानत
ਜਾਣਦੇ ਆ ਦਿਲਾਂ ਦੀਆਂ ਭਲਿਆਂ ਦੀ ਵੀ ਬੁਰਿਆਂ ਦੀ ਵੀ ਜਾਣਦੇ ਸਭ ਜਾਣਦੇ ਇਹਦਾ ਠੀਕ ਆ ਉਹਨੇ ਯਾਦ ਕੀਤਾ ਮਹਾਰਾਜ ਨੂੰ ਠੀਕ ਹੋ ਜਾਵਾਂ ਮੈਂ ਤੁਹਾਡਾ ਸੇਵਕ ਬਣ ਜਾਗਾ ਸਖੀ ਸਰਵਰ ਪੀਰ ਦਾ ਚੇਲਾ ਸੀ ਢਿੱਲੋ ਲਾਲ ਚੌਧਰੀ ਲਗਾਹਾ ਅਲ ਪਈ ਹੋਈ ਸੀ ਤਾਂ ਕਰਕੇ ਲਗਾਹਾ ਚੌਧਰੀ ਪ੍ਰਚਲਿਤ ਹੋ ਗਿਆ ਹੈ ਉਹਦਾ ਨਾਂ ਢਿੱਲੋ ਲਾਲ ਸੀ ਬਹੁਤ ਵੱਡੀ ਜਾਗੀਰ ਦਾ ਮਾਲਕ ਸੀ ਤਕੜਾ ਜਾਗੀਰਦਾਰ ਤਕੜਾ ਚੌਧਰੀ ਠੀਕ ਹੋ ਗਿਆ ਉਸੇ ਵੇਲੇ ਕਹਿੰਦਾ ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਪਹਿਲਾਂ ਵੈਦ ਕਹਿੰਦੇ ਸੀ ਇਹ ਬਚੇਗਾ ਨੀ ਹੁਣ ਕਹਿੰਦੇ ਮਰਦਾ ਹੀ ਨੀ ਕੁਛ ਨੀ ਹੋਇਆ ਗਿਆ ਮਹਾਰਾਜ ਕੋਲ ਨੰਗੇ ਪੈਰੀ ਚੱਲ ਕੇ ਗਿਆ ਨਿਮਰਤਾ ਤਾਰ ਕੇ ਸਫ਼ਰ ਕੀਤਾ ਸਾਰਾ ਪਰਿਵਾਰ ਲੈ ਕੇ ਗਿਆ ਫਲਾਂ ਦੀਆਂ ਟੋਕਰੀਆਂ ਮੇਵਿਆਂ ਦੀਆਂ ਟੋਕਰੀਆਂ ਸਿਰ ਤੇ ਨੰਗੇ ਪੈਰੀ ਕੋਈ ਬੋਡੀਗਾਰਡ ਸਿਪਾਹੀ ਵਗੈਰਾ ਨਾਲ ਨੇ ਪੈਦਲ ਪਰਿਵਾਰ ਸਾਰਾ ਸ਼ਰਧਾ ਨਾਲ ਗਏ ਕਬੀਰ ਸਾਹਿਬ ਕਹਿੰਦੇ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਦੀਜੇ ਕੋਈ ਜਦੋਂ ਸਤਿਗੁਰੂ ਕੋਲ ਜਾਈਏ ਜਾਂ ਸੰਗਤ ਵਿੱਚ ਜਾਈਏ ਸਾਥ ਨਾ ਲੀਜੇ ਕੋਈ ਆਪਣੇ ਨਾਲ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਨਹੀਂ ਲੈ ਕੇ ਜਾਣਾ ਸੰਗਤ ਨੂੰ ਤਾਂ ਜਿੰਨਿਆਂ ਨੂੰ ਜੋੜਿਆ ਜਾ ਸਕਦਾ ਜੋੜਨਾ ਚਾਹੀਦਾ ਪਰ ਆਪਣੇ ਹੰਕਾਰ ਨੂੰ ਆਪਣੇ ਅਹੁਦਿਆਂ ਨੂੰ ਬਾਹਰ ਧਰ ਕੇ ਆਉਣਾ ਚਾਹੀਦਾ ਕਿ ਮੈਂ ਬੜਾ ਅਮੀਰ ਆ ਮੈਂ ਪ੍ਰਧਾਨ ਆ ਮੈਂ ਫਲਾਣੇ ਥਾਂ ਉੱਤੇ ਮੇਰਾ ਇੰਨਾ ਸਤਿਕਾਰ ਆ ਫਲਾਣੇ ਥਾਂ ਦਾ ਮੈਂ ਨਹੀਂ ਉਸ ਵੇਲੇ ਸਿਰਫ ਇੱਕੋ ਹੀ ਕਿ ਮੈਂ ਗੁਰੂ ਘਰ ਦੱਸੇ ਇੱਥੇ ਮੇਰਾ ਕੋਈ ਅਹੁਦਾ ਨਹੀਂ ਹੈ ਸਭ ਕੁਝ ਬਾਹਰ ਰੱਖ ਕੇ ਆਉਣਾ ਚਾਹੀਦਾ ਇੱਥੇ ਵੱਡੇ ਬਣ ਕੇ ਨਹੀਂ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ ਪਾਛੇ ਪਾਉ ਨਾ ਦੀਜੀ ਆਗੇ ਹੋਏ ਸੋ ਜੋ ਅੱਗੇ ਹੋਏਗਾ ਵੇਖੀ ਜਾਏ ਪਿੱਛੇ ਨਾ ਮੁੜ ਕੇ ਵੇਖੀ ਜਾਏ ਤੁਰੀਏ ਫਿਰ ਨਾ ਅਟਕੀਏ ਪਰ ਕੰਮ ਉਲਟਿਆ ਕਬੀਰ ਸਾਹਿਬ ਕਹਿੰਦੇ ਕਬੀਰ ਸਿੱਖ ਸਖਾ ਬਹੁਤੇ ਕੀਏ ਕਿਸੋ ਕੀਓ ਨਮੀਤ ਚਾਲੇ ਥੇ ਹਰ ਮਿਲ ਕੋ ਵਿਚੇ ਟਿਕਿਓ ਚੀਤ ਇਹਨੇ ਘਰ ਬਾਹਰ ਛੱਡਿਆ ਅਸੀਂ ਸਾਧੂ ਬਣ ਲੱਗੇ ਆ ਅਸੀਂ ਮਾਲਕ ਨੂੰ ਲੱਭਾਂਗੇ ਪ੍ਰਾਪਤ ਕਰਾਂਗੇ ਕਹਿੰਦੇ ਬੱਚੇ ਤੇ ਪੈਦਾ ਨਾ ਕੀਤੇ ਲੋਕਾਂ ਦੇ ਬੱਚਿਆਂ ਨੂੰ ਆਪਣੇ ਬਣਾ ਲਿਆ ਬੱਚੇ ਨਾ ਬਣਾਏ ਤੇ ਚੇਲੇ ਬਣਾ ਲਏ ਗੱਲ ਤੇ ਕੋਈ ਹੈ ਅੱਜ ਦੇ ਸਮੇਂ ਵਿੱਚ ਸਾਧੂ ਚੇਲਿਆਂ ਦੇ ਮੋਹ ਚ ਫਸ ਜਾਂਦਾ ਤੇ ਗ੍ਰਿਸ਼ਟੀ ਬੱਚਿਆਂ ਦੇ ਮੋਹ ਚ ਫਸ ਜਾਂਦਾ ਤਿਆਗੀ ਤੇ ਕੋਈ ਵੀ ਨਹੀਂ ਤੁਰਦੇ ਪਿਆ ਸੀ ਪਰ ਮਿੱਤਰਤਾ ਦੁਨੀਆਂ ਨਾਲ ਪਾ ਲਈ ਚੱਲ ਇੱਥੇ ਹਰ ਮਿਲ ਕੋ ਚੱਲਿਆ ਤੇ ਰੱਬ ਨੂੰ ਮਿਲ ਮਿਲਣ ਸੀ ਵਿੱਚ ਅਟਕ ਸੀ ਚਿਤਰਾਜ ਹੀ ਅਟਕ ਜਾਂਦਾ ਸਿਰੇ ਅੱਪੜਦਾ ਹੀ ਸਿਖਰ ਤੱਕ ਤੇ ਕੋਈ ਕੋਈ ਪਹੁੰਚਦਾ ਤੁਰੇ ਰਹਿਣਾ ਚਾਹੀਦਾ ਫਿਰ ਇੱਕ ਨਾ ਇੱਕ ਦਿਨ ਮੰਜ਼ਿਲ ਜ਼ਰੂਰ ਮਿਲ ਜਾਂਦੀ ਹੈ ਨੰਗੇ ਪੈਰੀ ਪੈਦਲ ਚੱਲ ਕੇ ਗਿਆ ਨਵਾਣਾ ਬਣ ਕੇ ਮਹਾਰਾਜ ਦਾ ਦਰਬਾਰ ਸਜਿਆ ਸੀ ਜਾ ਕੇ ਲਗਾਹਾ ਚੌਧਰੀ ਖਲੋ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਦੱਸ ਤੇਰੀ ਕੀ ਇੱਛਾ ਹੈ ਕਹਿੰਦਾ ਇੱਕ ਬੇਨਤੀ ਕੀਤੀ ਸੀ ਗੁਪਤ ਤੁਸੀਂ ਪੂਰੀ ਕਰ ਦਿੱਤੀ ਗੁਪਤ ਕਿਸੇ ਨੂੰ ਨਹੀਂ ਪਤਾ ਮੈਂ ਕੀ ਕਿਹਾ ਅੱਜ ਮੈਂ ਸਾਰੀ ਸੰਗਤ ਵਿੱਚ ਸਾਰੀ ਸਭਾ ਵਿੱਚ ਇੱਕ ਬੇਨਤੀ ਬੋਲ ਕੇ ਕਰਨੀ ਇੱਕ ਮੰਗ ਗੁਪਤ ਮੰਗੀ ਤੁਸੀਂ ਪੂਰੀ ਕੀਤੀ ਦੂਜੀ ਵੀ ਮੰਗੀ ਮਹਾਰਾਜ ਕਹਿੰਦੇ ਮੰਗ ਇਹਨਾਂ ਗੁਪਤ ਕਿਹਾ ਸੀ ਕੋਹੜ ਠੀਕ ਕਰ ਦਿਓ ਤੁਹਾਡਾ ਸੇਵਕ ਬਣ ਜਾਏਗਾ ਕੋਹੜ ਤੁਸੀਂ ਠੀਕ ਕਰ ਦਿੱਤਾ ਲਾ ਇਲਾਜ ਸਾਂ ਪਰ ਤੁਸੀਂ ਕਿਰਪਾ ਕਰ ਦਿੱਤੀ ਹੁਣ ਕੀ ਮੰਗਣਾ ਕਹਿੰਦਾ ਮੈਂ ਸਾਰੀ ਸੰਗਤ ਵਿੱਚ ਮੰਗਣਾ ਮੈਨੂੰ ਕੋਈ ਇੱਕ ਸੇਵਾ ਦੇ ਦਿਓ ਹੱਥੀ ਕਰਨ ਵਾਲੀ ਸੇਵਾ ਮਹਾਰਾਜ ਕਹਿੰਦੇ ਤੇਰੇ ਵਰਗੇ ਅਮੀਰ ਬੰਦੇ ਸੇਵਾ ਨਹੀਂ ਕਰਦੇ ਕਹਿੰਦਾ ਮਹਾਰਾਜ ਤੁਸੀਂ ਮੈਨੂੰ ਦੱਸੋ ਮੈਂ ਜੋ ਕਹੋਗੇ ਕਰ ਮੈਂ ਕੋਈ ਅਮੀਰ ਨਹੀਂ ਮੈਂ ਤੁਹਾਡਾ ਤੇ ਸੇਵਕ ਗੋਲਾ ਬਣ ਕੇ ਪਰ ਕਹਿੰਦੇ ਤੈਨੂੰ ਜਿਹੜੀ ਸੇਵਾ ਚੰਗੀ ਲੱਗਦੀ ਲੱਭ ਲੈ ਉਹ ਤੇਰੀ ਚੋਰੀ ਰਿਹਾ ਮਹਾਰਾਜ ਕੋਲ ਕਈ ਦਿਨ
कई दिन बाद कह लगा सच्चे पातशाह मैं एक सेवा लभी पर किंदकी लंगर पकाउण दी लंगर वरताउण दी लकड़ा लियाउण दी भांडे मांजण दी केड़ी सेवा तरन तारन दी धरती ते रहिंदे ने बेनती कीती महाराज मैं सेवा लभी है तुसी रोज इशनान करदे हो दही नाल केसी इशनान ते मेरा मन करदा है कि जेड़ा दही तुसी वरतदे हो ओ मैं पट्टी तो लेके आया करा रोज तरता पैरों नंगे पैर तल्ला तो लिया करांगा तुहाडा इशनान करवा के फिर दिने सेवा करिया करांगा शाम नूं मैं फिर नहीं लैण जाया करांगा रोज करो लिया रोज जाया करांगा रोज आया करांगा महाराज साहिब कहिंदे कर लेंगा सेवा सत बचन तुहाडी कृपा नाल होणी है कदे नहीं कहना चाहीदा सी बड़े सिख बन गए कोई पता नहीं केड़े वेले केड़ी हनेरी चुल जानी है ते बड़े बड़े डोल दे वेखे कहिंदे कहुंदे डोल जांदे आ कृपा तेरी नाल ही पार लंघिया जा सकदा साडे च कोई ताकत नहीं असी पूरन गुरसिख बन सके ये सारी पदवियां बड़िया वड्डिया वड्डिया ने असी ते पहली दे विद्यार्थी आ असी कई वारी साइमे वालिया दियां करन लग जांदे असी ते पहली च पढ़न वाले यतन करना चाहिदा है कि अरदास ही कीती जाए सच्चे पातशाह तुहाडी कृपा नाल ही साडी जिंदगी दा बेड़ा बन्ने लगना कृपा रखियो तुहाडी मेहर नाल दोलन ते राखो प्रभु नानक देख कर हाथ रखियो सिर मेहर रखियो इहनां बारां तुहाडी कृपा नाल ही मैं करांगा सेवा गुरु अर्जन देव साहिब कहिंदे ठीक है रोज दही लेके आया करे अमृत वेले जाया करे रोज महाराज का इशनान कराया करे बहुत सेवा करता चौधरी ने अपनी चौधर छड़ दी असि गुरुद्वारे आके अपनी चौधर लभने विदेशा च खास करके इंडिया च एमएलए दी इलेक्शन एमएलए बन जाओ सरपंच बन जाओ पंच बन जाओ मंत्री बन जाओ ਇੱਥੇ ਲੜਨ ਨੂੰ ਥਾਂ ਇੱਕੋ ਆ ਗੁਰਦੁਆਰਾ ਇੱਥੇ ਹੋਰ ਇਲੈਕਸ਼ਨ ਹੀ ਕੋਈ ਨੀ ਵੀ ਸਰਪੰਚ ਦੇ ਵਿੱਚ ਬੰਦਾ ਪੜ੍ਹਾ ਸਕਦ ਲਿਖਿਆ ਜੋ ਵੀ ਕੱਢਦੇ ਹੋ ਗੁਰਦੁਆਰਿਆਂ ਚ ਕੱਢਦੇ ਕਿਤੇ ਹੀ ਹੋਏਗਾ ਲੜਾਈ ਨਾ ਹੁੰਦੀ ਹੋਵੇ ਨਹੀਂ ਤੇ ਗੁਰਦੁਆਰਿਆਂ ਦੇ ਵਿੱਚ ਵੀ ਪੱਗਾਂ ਲੈ ਜਾਂਦੀਆਂ ਇਟਲੀ ਬਚੈਂਸੇ ਸਾਹਿਬ ਮੈਂ ਨਾਮ ਹੀ ਤਾਂ ਲੈ ਰਿਹਾ ਕਈ ਵਾਰੀ ਬਚੈਂਸ ਸਾਹਿਬ ਇੱਕ ਸ਼ਹਿਰ ਆ ਉੱਥੇ ਆਪਾਂ ਗਏ ਤਾਂ ਹੁਣ ਉੱਥੇ ਨੌਜਵਾਨ ਲੜ ਪਏ ਗੁਰਦੁਆਰੇ ਦਾ ਟਾਈਮ ਲੈਂਦੇ ਨੇ ਆਈ ਤੈਨੂੰ ਗੁਰਦੁਆਰੇ ਟੱਕਰ ਲੜਨ ਵਾਸਤੇ ਟਾਈਮ ਗੁਰਦੁਆਰੇ ਦਿੰਦੇ ਮੈਂ ਇੱਥੇ ਗੁਰਦੁਆਰੇ ਅੰਦਰ ਲੜਦੇ ਮੈਂ ਪ੍ਰਬੰਧਕਾਂ ਨੂੰ ਸਪੈਸ਼ਲ ਪੁੱਛਿਆ ਉਹ ਕਹਿੰਦੇ ਨਹੀਂ ਵਿਹੜੇ ਦੇ ਵਿੱਚ ਖੁੱਲੀ ਥਾਂ ਹੈ ਉੱਥੇ ਬਾਹਰ ਗਰਾਊਂਡ ਹੈ ਕਹਿੰਦੇ ਜਿੰਨੇ ਲੜਨਾ ਹੁੰਦਾ ਗੁਰਦੁਆਰੇ ਦਾ ਟਾਈਮ ਦਿੰਦਾ ਗੁਰਦੁਆਰੇ ਆਈ ਤੈਨੂੰ ਦੇਖਾਂ ਲੜਾਈ ਦਾ ਉਹਨਾਂ ਨੇ ਕੇਂਦਰ ਬਣਾ ਲਿਆ ਗੁਰਦੁਆਰਾ ਇੱਥੇ ਲੜਨ ਨੂੰ ਥਾਂ ਵਧੀਆ ਖੁੱਲੀ ਸੋ ਇਸ ਤਰ੍ਹਾਂ ਬਹੁਤ ਸਾਰੇ ਲੋਕ ਹਨ ਕੁਛ ਲੋਕ ਇੱਥੇ ਚੌਧਰਾਂ ਛੱਡ ਕੇ ਆਉਂਦੇ ਆ ਕਈ ਗੁਰਦੁਆਰਿਆਂ ਚ ਚੌਧਰਾਂ ਪਾ ਸੇਵਾਦਾਰ ਸੇਵਾਦਾਰ ਤੋਂ ਜਥੇਦਾਰ ਜਥੇਦਾਰ ਤੋਂ ਫਿਰ ਗੇਟੋਂ ਬਾਹਰ ਵੀ ਹੋ ਜਾਂਦਾ ਸੇਵਾਦਾਰ ਬਣਨ ਚ ਜੋ ਆਨੰਦ ਹੈ ਉਹ ਜਥੇਦਾਰ ਬਣਨ ਵਿੱਚ ਸੇਵਾਦਾਰ ਤੇ ਜਥੇਦਾਰ ਬਣ ਜਾਂਦਾ ਜਥੇਦਾਰ ਨੂੰ ਜਦੋਂ ਸੇਵਾਦਾਰ ਬਣਨਾ ਪੈਂਦਾ ਨਾ ਵਾਪਸ ਪਿੱਛੇ ਆਉਣਾ ਪੈਂਦਾ ਇਹ ਔਖਾ ਕੰਮ ਸੇਵਾਦਾਰ ਬਣੇ ਰਹੀਏ ਜ਼ਿਆਦਾ ਅੱਛੀ ਗੱਲ ਸੇਵਾਦਾਰ ਬਣਨ ਵਿੱਚ ਆਨੰਦ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਰ ਲੈਗਾ ਸੇਵਾ ਤੁਹਾਡੀ ਕਿਰਪਾ ਅੰਮ੍ਰਿਤ ਵੇਲੇ ਉੱਠਦਾ ਹੈ ਭਿੰਨੀ ਰਹਿਣ ਲੜੀਏ ਚਮਕਣ ਤਾਰੇ ਜਾਗਰ ਸੰਤ ਜਨਾ ਮੇਰੇ ਰਾਮ ਸਾਰੀ ਸਾਰੀ ਰਾਤ ਰੱਬ ਦੇ ਪਿਆਰੇ ਜਾਗਦੇ ਰਾਤ ਵੇਲੇ ਜਾਗਦਾ ਚੰਦ ਅਸਮਾਨੀ ਦਾਤਾ ਖੂਬਸੂਰਤੀ ਦਾ ਜਾਗਦਾ ਪ੍ਰਾਣਾ ਰੋਗੀ ਫਲ ਭੋਗੇ ਕਰਮਾ ਜਾਗਦਾ ਚੋਰ ਲੁਟੇਰਾ ਓਟ ਪਰਛਾਵਿਆਂ ਦੀ ਜਾ ਕੋਈ ਜਾਗਦਾ ਪ੍ਰੇਮ ਬਾਜੀ ਹਾਰਿਆ ਸੱਲ ਸਹਿੰਦਾ ਬਿਰਹੋ ਜਾ ਕੋਈ ਜਾਗਦੇ ਨੇ ਅੱਲਾ ਦੇ ਪਿਆਰੇ ਜਿਨ੍ਹਾਂ ਦੀ ਲੱਗੀ ਨਾਲ ਜਾਗਣਾ ਉਹਨਾਂ ਦਾ ਪਰਵਾਰ ਜਿਹੜੇ ਰਾਤ ਨੂੰ ਜਾਗ ਕੇ ਭਜਨ ਕਰਦੇ ਜਾਗਣ ਦਾ ਮਾਣ ਨਹੀਂ ਕਰਨਾ ਚਾਹੀਦਾ ਮੈਂ ਇੰਨੇ ਵਜੇ ਉੱਠ ਪੈਂਦਾ ਕਈ ਲੋਕ ਇਸ ਗੱਲ ਨੂੰ ਬੜਾ ਵੱਡਾ ਬਣਾ ਲੈਂਦੇ ਵੀ ਮੈਂ ਇੰਨੇ ਵਜੇ ਉੱਠਦਾ
ਜੇ ਦੂਜੇ ਨੇ ਕਹਿਤਾ ਮੈਂ 4 ਉੱਠਦਾ ਤਾਂ ਮੈਂ 3:30 ਕਹਣਾ, 3:30 ਉੱਠਦਾ ਤਾਂ ਫਲਾਣਾ ਉੱਠਦਾ ਮੈਂ 3 ਕਰਾਂ, 3 ਵਜੇ ਉੱਠਦਾ ਮੈਂ ਹੁਣ 2:30 ਵਜੇ ਉੱਠਣਾ ਹੈ, ਜੇ ਕੋਈ 2:30 ਵਜੇ ਉੱਠਦਾ ਮੈਂ ਸਾਰੀ ਰਾਤ ਹੀ ਜਾਗਾਂਗਾ, ਮੈਂ ਕਹਾਂ ਮੈਂ ਸੌਂਦਾ ਹੀ ਨਹੀਂ ਸਕਦਾ। ਇਹ ਤੇ ਮਾਨ ਹੈ ਹਉਮੈ, ਜਾਗ ਕੇ ਕੀਤਾ ਕੀ ਵੇਖਿਆ ਤੇ ਇਹ ਜਾਏਗਾ। ਅੰਮ੍ਰਿਤ ਵੇਲੇ ਉੱਠਿਆ ਜੇ ਤੂੰ ਅੰਮ੍ਰਿਤ ਹੀ ਨਾ ਲਿਆ, ਜੇ ਰਾਸੀ ਨਾ ਆਇਆ ਕੋਈ ਫਿਰ ਕੀ ਫਾਇਦਾ। ਇਹ ਤੇ ਜ਼ਹਿਰ ਬਣ ਗਿਆ, ਅੰਮ੍ਰਿਤ ਵੇਲਾ ਮਾਨ ਹੋ ਗਿਆ। ਤੇ ਮੈਂ ਬੇਨਤੀ ਕਰਦਾ ਰਹੀ ਨਾ ਕਈਆਂ ਨੂੰ ਰੋਟੀ ਨੀ ਅੱਜ ਹੁੰਦੀ, ਜਿੰਨਾ ਚਿਰ 5-7 ਨੂੰ ਦੱਸ ਨਾ ਲੈਣ ਵੀ ਮੈਂ 9 ਵਜੇ ਉੱਠਦਾ, ਮੈਂ ਇਸ਼ਨਾਨ ਕਰਦਾ ਰੋਜ਼, ਮੈਂ ਇੰਨਾ ਨਿਤਨੇਮ ਕਰਦਾ, ਜਿੰਨਾ ਹੋ ਸਕੇ ਛਪਾ ਕੇ ਰੱਖਣਾ ਚਾਹੀਦਾ। ਜਿਨ ਹਰ ਪਾਇਓ ਤਿਨ ਹੈ ਛਪਾਇਓ। ਜਿਹੜੇ ਪਾ ਲੈਂਦੇ ਨੇ ਉਹ ਛਪਾਉਂਦੇ ਨੇ, ਜਿਨ੍ਹਾਂ ਨੇ ਪਾਇਆ ਨੀ ਉਹ ਰੌਲਾ ਪਾਉਂਦੇ, ਜਿਨ੍ਹਾਂ ਨੇ ਕੁਝ ਪ੍ਰਾਪਤ ਕੀਤਾ ਹੋਏਗਾ ਉਹ ਦੱਸਣਗੇ ਨਹੀਂ, ਦੱਸਣ ਜੋਗੇ ਰਹਿੰਦੇ ਹੀ ਨਹੀਂ, ਦੱਸਣਗੇ ਕੀ ਦੱਸਣਗੇ। ਉਹ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਕਹਿੰਦੇ ਗੂੰਗੇ ਨੂੰ ਗੁੜ ਖਵਾ ਕੇ ਪੁੱਛੋ ਵੀ ਕਿਹੋ ਜਿਹਾ ਸਵਾਦ ਹੈ, ਕਹਿੰਦੇ ਕੀ ਦੱਸੇਗਾ। ਭਜਨ ਕਰਨ ਵਾਲਾ ਵੀ ਦੱਸ ਨਹੀਂ ਸਕਦਾ ਇਹਦਾ ਸਵਾਦ ਕਿਹੋ ਜਿਹਾ, ਜਿਹਨੇ ਚੱਖਿਆ ਉਹਨੇ ਕਿਸੇ ਨੂੰ ਦੱਸਿਆ ਨਹੀਂ, ਜਿਹਨੇ ਦੱਸਿਆ ਅਸਲ ਵਿੱਚ ਉਹਨੇ ਚੱਖਿਆ ਹੀ ਨਹੀਂ। ਸਾਬਰੇ ਅੰਦਰ ਸਾਬਰੀ ਤਦ ਇਹ ਵੈ ਜਾਣੇ ਹੁਣ ਜੀਵ ਖੁਦਾਏ ਦੇ ਤੇਨ ਦਾ ਕਿੱਸਾ। ਜਿਹੜੇ ਪਾ ਲੈਂਦੇ ਉਹ ਭੇਦ ਨਹੀਂ ਦੱਸਦੇ। ਇਸ ਕਰਕੇ ਗੁਰੂ ਦੇ ਪਿਆਰੇ ਛਪਾ ਕੇ ਰੱਖਦੇ, ਪਰ ਅਸੀਂ ਗੁਰਦੁਆਰਿਆਂ ਵਿੱਚ ਆ ਕੇ ਵੀ ਕਹਿੰਦੇ ਇੱਥੇ ਮੈਨੂੰ ਚੌਧਰ ਮਿਲਿਓ, ਚੌਧਰ ਛੱਡ ਕੇ ਆਇਆ ਲਗਾ, ਹਾਂ ਬੜੀ ਸੇਵਾ ਕਰਦਾ ਹੈ, ਦਿਨ ਰਾਤ ਰੋਜ਼ ਲੈ ਕੇ ਆਉਂਦਾ ਹੈ ਮਹਾਰਾਜ ਸਾਹਿਬ ਵਾਸਤੇ ਦਹੀਂ ਇਸ਼ਨਾਨ ਕਰਾਉਂਦਾ। ਮਹਾਰਾਜ ਸੱਚੇ ਪਾਤਸ਼ਾਹ ਪਰਖਾ ਕਰਦੇ, ਲਾ ਲਾ ਕਸਵੱਟੀਆਂ ਪਰਖਦਾ ਹੈ, ਰੱਬ ਪਰਖਦਾ ਭਗਤਾਂ ਪਿਆਰਿਆਂ ਨੂੰ, ਕਿਤੇ ਦੇਗਾਂ ਦੇ ਵਿੱਚ ਉਬਾਲ ਦਿੰਦਾ, ਕਿਤੇ ਸਿਰਾਂ ਤੇ ਚਲਾਉਂਦਾ। ਇਮਤਿਹਾਨ ਹੁੰਦੇ ਨੇ, ਮਹਾਰਾਜ ਨੇ ਪਰਚਾ ਪਾਣਾ ਸੀ, ਬਹੁਤ ਵਾਰ ਨਹੀਂ ਲੈ ਕੇ ਆਇਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਰੋਜ਼ ਤਰਨ ਤਾਰਨ ਦੀ ਧਰਤੀ ਤੇ ਇਸ਼ਨਾਨ ਕਰੋ, ਸੋ ਕੇਸੀ ਇਸ਼ਨਾਨ ਮਹਾਰਾਜ ਰੋਜ਼ ਕਰਦੇ ਸੀ, ਸਾਨੂੰ ਕੇਸੀ ਇਸ਼ਨਾਨ ਰੋਜ਼ ਕਰਨਾ ਚਾਹੀਦਾ। ਥੋੜਾ ਜਲ ਪਾ ਲਓ ਪਰ ਕੇਸਾ ਚ ਜਲ ਪਾਉਣਾ ਚਾਹੀਦਾ, ਸੰਪੂਰਨ ਇਸ਼ਨਾਨ ਕੇਸੀ। ਮੈਂ ਇੱਕ ਦਫ਼ਾ ਇੱਕ ਮਹਾਂਪੁਰਸ਼ ਹਨ ਉਦਾਸੀ ਬਾਬਾ ਬ੍ਰਹਮਦਾਸ, ਮੈਂ ਉਹਨਾਂ ਨੂੰ ਮਿਲਿਆ, ਮੈਂ ਉਹਨਾਂ ਨੂੰ ਪੁੱਛਿਆ, ਬਹੁਤ ਵਿਦਵਾਨ ਨੇ, ਮੈਂ ਕਿਹਾ ਜੀ ਜਿਹੜਾ ਲੋਕ ਨਗ ਪਾਉਂਦੇ ਆ ਹੱਥਾਂ ਚ ਇਹਦਾ ਕੀ ਮਤਲਬ, ਕੀ ਇਹਦਾ ਕੋਈ ਅਰਥ ਹੈ? ਪੰਡਿਤ ਪਵਾ ਦਿੰਦੇ ਆ ਵੀ ਤੇ ਗ੍ਰਹਿ ਚੱਲਦਾ ਤੇ ਤੂੰ ਨਗ ਪਾ ਲਾ, ਇਹਦਾ ਕੀ ਮਤਲਬ ਹੈ? ਉਹ ਕਹਿੰਦੇ ਸਾਇੰਟਿਸਟ ਇਸ ਗੱਲ ਨੂੰ ਮੰਨਦੇ, ਉਹ ਕਹਿੰਦੇ ਨੇ। ਮੈਂ ਕਿਹਾ ਕਿੱਦਾਂ? ਕਹਿੰਦੇ ਪੰਜਾਂ ਤੱਤਾਂ ਦਾ ਸਰੀਰ ਹੈ, ਆਕਾਸ਼ ਵੀ ਇੱਕ ਤੱਤ ਹੈ, ਜਿਹੜੇ ਗ੍ਰਹਿ ਨੇ ਨਾ ਕਈ ਉਹ ਸਾਡੀ ਬੋਡੀ ਨੂੰ ਉਹਦੀਆਂ ਤਰੰਗਾਂ ਸ਼ੂਟ ਨਹੀਂ ਕਰਦੀਆਂ, ਕਈ ਚੀਜ਼ਾਂ ਉੱਤੋਂ ਨਿਕਲਣ ਵਾਲੀਆਂ ਤਰੰਗਾਂ ਐਸੀਆਂ ਨੇ ਜਿਹੜੀਆਂ ਸਾਡੇ ਸਰੀਰ ਨੂੰ ਛੂਟ ਨਹੀਂ ਕਰਦੀਆਂ। ਉਹ ਵੇਖ ਲੈਂਦੇ ਆ, ਉਹ ਫਿਰ ਏਦਾਂ ਦਾ ਨਗ ਪਵਾ ਦਿੰਦੇ ਆ, ਜਿਹੜੀਆਂ ਉਹ ਨਗ ਦੀਆਂ ਤਰੰਗਾਂ ਨੇ ਉਹਦੇ ਤਰੰਗਾਂ ਨੂੰ ਰੋਕਦੀਆਂ ਨੇ, ਤਾਂ ਕਰਕੇ ਸਰੀਰ ਅਸਰ ਹੈ। ਕਹਿੰਦੇ ਜੀ ਉਹ ਮੰਨਦੇ ਨੇ। ਮੈਂ ਆਖਿਆ ਫਿਰ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਉਹ ਨਗ ਪਾਇਆ ਜਾਂਦਾ ਇੱਕ ਪੱਥਰ ਹੈ ਉਹ ਲੋਕ ਪਾਉਂਦੇ ਆ, ਤੇ ਸਿੱਖ ਨੂੰ ਤੇ ਅੱਗੇ ਕੋਈ ਨੀ ਪਾਉਣ ਦੀ ਏਦਾਂ ਦਾ ਕੁਛ, ਸਿੱਖ ਕੀ ਕਰੇ? ਉਹ ਫਿਰ ਮੈਨੂੰ ਆਖਣ ਲੱਗੇ, ਕਹਿੰਦੇ ਬਾਬਾ ਜੀ ਸੁਕੇਸੀ ਇਸ਼ਨਾਨ ਕੀਤਾ ਜਾਵੇ ਰੋਜ਼, ਚੜ੍ਹਦੇ ਸੂਰਜ ਦੀਆਂ ਕਿਰਨਾਂ ਵਿੱਚ ਕੇਸ ਹਰੇ ਕਰੋ, ਕੇਸਾਂ ਨੂੰ ਧੁੱਪ ਲਵਾਓ, ਜਦੋਂ ਸੂਰਜ ਚੜ੍ਹ ਰਿਹਾ ਹੈ ਉਦੋਂ ਕੇਸ ਸੁੱਕਣ, ਨਾ ਵੀ ਸੂਰਜ ਚੜ੍ਹੇ ਵੀ ਕਹਿ ਲਓ ਵੀ ਤੁਸੀਂ ਦਿਨ ਵਿੱਚ ਵੀ ਸੂਰਜ ਨੂੰ ਕੇਸਾਂ ਨੂੰ ਧੁੱਪ ਲਵਾਓ, ਅੱਧਾ ਘੰਟਾ 15 ਮਿੰਟ। ਉਹ ਮੈਨੂੰ ਕਹਿੰਦੇ ਸੀ 24 ਘੰਟੇ ਸਾਡੇ ਕੇਸਾਂ ਚੋਂ ਹੀ ਏਦਾਂ ਦੀਆਂ ਤਰੰਗਾਂ ਨਿਕਲਦੀਆਂ ਨੇ ਕਿ ਕੋਈ ਵੀ ਗ੍ਰਹਿ ਸਰੀਰ ਤੇ ਅਸਰ ਨਹੀਂ ਕਰ ਸਕਦਾ, ਕੋਈ ਗ੍ਰਹਿ ਸਰੀਰ ਤੇ ਅਸਰ ਨਹੀਂ ਕਰ ਸਕਦਾ। ਹੈ ਜ਼ਰੂਰ ਆ, 5 ਤੱਤ ਨੇ ਉਹ ਵੀ ਹੈ ਵਿੱਚ, ਉਹਦੀਆਂ ਕੁਛ ਤਰੰਗਾਂ ਨੇ ਜਿਹੜੀਆਂ ਸਾਡੀ ਬੋਡੀ ਨੂੰ ਛੂਟ ਨਹੀਂ ਕਰਦੀਆਂ।
कईया भी शरीर इदा का जिन्हों धुप नहीं ठीक, कई हवा एलर्जी है, कई किसी चीज तो किसी चीज तो वो है। ते मैं क्या हल की है, कहते केसी इशनान किया जाए, साढ़े केसा चो ही इदा दरंगा निकल दया कि 24 घंटे तक, 24 घंटे तक ये शरीर उत्ते कोई असर नहीं हो सकता। अगले दिन फिर इशनान कर लो, एक एक नग है ना जेड़ा इथों का इंग्लैंड का 50-50 हज़ार पाउंड ले लेंगे, फिर एक नग बनते इदा के नग भी। सिख धर्म में यदा मतलब आ हर चीज का, कोई कड़ा पाया है, सीसा पाई है, कशहरा पाया है, कंघा लाया है, काट का ही होना चाहिए, लकड़ का ही होना चाहिए, लोह कड़ा सर्वलोह का होना चाहिए, ये मतलब ने सारे चीजा के कोई ना कोई। किसी स्नान करो रोज, यदा मतलब सी गुरु साहब सानू तंदुरुस्त रखना चाहते, सच्चे पातशाह ने हर गल जी कही है वह कोई अर्थ है, वो सवाल नहीं हो सकता, किंतु परंतु नहीं हो सकता। साइंस भी मानती है, जिथों जाके साइंस खत्म होती है सिख धर्म उतों शुरू होता, जिथे जाके उन्होंने पहुंच खत्म आ, सोच खत्म, उतों सिख धर्म की शुरुआत। इस करके हर गल का जवाब दिता गुरबाणी ने, गुरु ग्रंथ साहब जो लिखे है उसे किंतु परंतु नहीं किया जा सकता। इस करके जो ये मर्यादा बनी है, पढ़ को निकिया निकिया गल आया, जोत नहीं लानी चाहती। आम ना गल भी जोत का की मतलब है, धूफ का की मतलब है, ये पखंड है। साढ़े इतने थोड़े तो काफी वैदर ठीक है, फ्रैश एयर मिलती है, इंडिया च तुसी वेखदे हो किन्नियां जहरीलियां गैसां, किन्ने पट्ठे लगे आ, किन्ना धुआं निकलदा। प्रातन ऋषि मुनि सन जिहड़े, उहदा मतलब सी कोई इक ना राणा साहब तुसी जाओ उत्थे, तुसी कहो वी मेरी सेहत ठीक नहीं रहिंदी, मैं इदां इदां, वो तुहानू कहणगे समग्री धूफ लाया करो। आम बंदा समझ लेगा कि पखंड कर दिता, समग्री धूफ का की मतलब, तू फलाओ जी, पाठ करो, नाम जपो, ठीक है गल, ये है तो नाम ही है सारिया बीमारिया का इलाज, तन और मन। पर वो एक ढंग सी के उदा उदे विच 36 चीजा पेंदी, वो 36 चीजा ऐसिया ने कि तुसी तू फलाओ, लकड़ दे कोड़े जलाओ, उदे उत्ते तुसी इदा हाथ चुटकी भर के पा दिओ, उदे तो जेड़ा धुआं निकलता है 50 फुट तक जहरीलियां गैसां खत्म कर दिया, जड़ियां बूटियां इदा दियां 50 फुट तक जी हवा है शुद्ध हो जाती। हवा शुद्ध होने करके बीमारियां ठीक होंदियां। इहदा मतलब सी कोई, जिवें हुण आपां जोत लगाने हैं, इहदा मतलब सी इहदे नाल भी देसी घ्यो की जोत जलाओ, उहदे नाल भी हवा की शुद्धता होंदी है। कि साडा जिहड़ा इंडिया का कल्चर है, जिवें हुण योगा आया इंडिया तो आया, हुण लोक इत्थे योगा करदे आ, कई गल्लां इदां दियां ने जिहड़ियां आयुर्वैदिक ग्रंथां विच लिखियां ने, और वह लोगों ने मनाउण वास्ते धर्म विच ले आंदियां। असीं सिख धर्म च कह देना वी इहदा कोई रीजन नहीं, इहदा मतलब कोई, इहदा की अर्थ है, पर नहीं, कई गल्लां इदां दियां ने जिन्हां दा अर्थ कोई नहीं लगदा धर्म विच, पर उहनां नूं मनाउण वास्ते धर्म विच वाड़ दित्ता गया। जिवें हुण वर्त रखण की मर्यादा जिहड़ी है इह धर्म विच वाड़ी गई है, धर्म के नाम से लोग मन लेंगे सी उदा मानते नहीं। हुण देखो देखो ध्यान दिओ, डॉक्टर कहिंदे आ एक वीक रोटी खानी नहीं, रोटी खाओ, वीक विचों एक दिन तुसी रोटी ना खाओ, 6 दिन खाना खाओ, 1 दिन ना खाओ, तुहाडे जिहड़े अंदर पचाउण वाला सिस्टम है तुहाडे अंदर शरीर दे, तुहाडा मेदा जिहड़ा जिन्हें तुहाडे खाने नूं पचाउणा है, पाचन क्रिया वो ठीक हो जाती है। 7 दिनों विचों 1 दिन खाना ना खाओ, तुहाडी सेहत तंदुरुस्त।
ਹੁਣ ਵੈਦਾਂ ਨੇ ਗੱਲ ਕਹੀ, ਰਿਸ਼ੀਆਂ ਨੇ ਗੱਲ ਕਹੀ ਵੀ ਇੱਕ ਦਿਨ ਖਾਣਾ ਨਾ ਖਾਓ ਸਿਹਤ ਠੀਕ ਰਹੇਗੀ, ਪਰ ਕਿਸੇ ਨੇ ਮੰਨੀ ਨਾ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਵਰਤ ਬਣਾ ਦਿੱਤਾ ਵੀ ਇਹ ਧਰਮ ਖੁਸ਼ ਹੁੰਦਾ ਰੱਬ ਵੀ ਤੁਸੀਂ ਇੱਕ ਦਿਨ ਖਾਣਾ ਨਾ ਖਾਓ ਮਹੀਨੇ 'ਚ, ਜਾਂ ਮੰਗਲਵਾਰ ਦਾ ਵਰਤ ਰੱਖ ਲਓ, ਬੁੱਧਵਾਰ ਦਾ ਵਰਤ ਰੱਖ ਲਓ, ਕੋਈ ਵੀਰਵਾਰ ਦਾ ਰੱਖ ਲਓ। ਉਹ ਡਰਦੇ ਲੋਕਾਂ ਦੇ ਵਿੱਚ ਖੁਸ਼ੀ ਮਿਲਦੀ ਆ, ਉਹ ਭੁੱਖੇ ਰਹਿਣ ਲੱਗ ਗਏ, ਇੱਕ ਦਿਨ ਉਹ ਸਿਹਤ ਤੰਦਰੁਸਤ ਹੋਣ ਲੱਗ ਗਈ। ਇੱਦਾਂ ਦੀਆਂ ਕਈ ਗੱਲਾਂ ਜਿਹੜੀਆਂ ਧਰਮ 'ਚ ਵੜ ਗਈਆਂ, ਉਹਦਾ ਅਰਥ ਸੀ ਕਿ ਤੰਦਰੁਸਤੀ ਦਿੱਤੀ ਜਾਵੇ, ਧੂਫ ਲਾਉਣੀ, ਜੋਤ ਲਾਉਣੀ, ਇਹ ਸਾਰੀਆਂ ਗੱਲਾਂ ਇੱਦਾਂ ਸਾਡੇ ਧਰਮ 'ਚ ਆਈਆਂ। ਹੁਣ ਉਹ ਆਮ ਇਹ ਗੱਲ ਮੰਨਦੇ ਨਹੀਂ ਲੋਕ, ਜਦੋਂ ਇੱਦਾਂ ਦੀ ਗੱਲ ਹੋਵੇ ਫਿਰ ਮੰਨ ਲੈਂਦੇ ਨੇ, ਠੀਕ ਹੈ। ਇਸੇ ਤਰ੍ਹਾਂ ਕਈ ਗੱਲਾਂ ਉਹਦਾ ਅਰਥ ਜ਼ਰੂਰ ਹੈ, ਇਹ ਨਹੀਂ ਵੀ ਅਸੀਂ ਕਹਿ ਸਕਦੇ ਵੀ ਸਾਰਾ ਕੁਝ ਪਖੰਡੀ ਹੈ, ਨਹੀਂ ਉਹਦਾ ਕੋਈ ਮਤਲਬ ਹੁੰਦਾ, ਉਹ ਗੱਲ ਵੱਖ ਆ ਵੀ ਸਾਨੂੰ ਨਹੀਂ ਪਤਾ ਉਸ ਗੱਲ ਦਾ, ਜਦੋਂ ਸਾਨੂੰ ਕੋਈ ਸਮਝ ਪਏਗੀ ਫਿਰ ਅਸੀਂ ਕਵਾਂਗੇ ਠੀਕ ਹੈ। ਸੋ ਮੈਂ ਅਰਜ਼ ਕੀਤੀ ਸੀ ਕਿ ਰੋਜ਼ ਕੇਸੀ ਇਸ਼ਨਾਨ ਕਰਨਾ ਸਿਹਤ ਲਈ, ਮੈਂ ਕਵਾਂਗਾ ਕਿ ਇਦੋਂ ਵੱਡਾ ਇਲਾਜ ਕੋਈ ਨਹੀਂ, ਕੋਈ ਮੈਡੀਸਨ ਨਹੀਂ ਉੱਥੇ ਕੰਮ ਕਰਦੀ, ਜਿੱਥੇ ਤੁਸੀਂ ਰੋਜ਼ ਕੇਸੀ ਇਸ਼ਨਾਨ ਕਰਕੇ ਸੂਰਜ ਦੀਆਂ ਕਿਰਨਾਂ ਤੁਹਾਡੇ ਕੇਸਾਂ 'ਚ ਪੈਣੀਆਂ। ਜਿਹੜੇ ਮੈਂ ਅੱਜ ਵੀ ਅਰਜ਼ ਕਰਾਂਗਾ ਕਿ ਮੇਰੀ ਗੱਲ ਨੂੰ ਅੱਜ ਤੁਸੀਂ ਇੱਥੇ ਸੁਣ ਰਹੇ ਹੋ, ਕੱਲ੍ਹ ਇਹਨੂੰ ਤਜਰਬਾ ਕਰੋ, ਵੇਖਣਾ ਫਿਰ ਵੀ ਠੀਕ ਆ ਕਿ ਨਹੀਂ। ਜਿਨ੍ਹਾਂ ਜਿਹੜੇ ਕਹਿੰਦੇ ਆ ਦਿਮਾਗ 'ਤੇ ਬੋਝ ਰਹਿੰਦਾ, ਸਾਰਾ ਦਿਨ ਕੰਮ ਕਰਨਾ ਪੈਂਦਾ, ਹਾਰਡ ਵਰਕ ਕਰਨਾ, ਇੱਥੇ ਤਾਂ ਕਰਨਾ ਹੀ ਪੈਂਦਾ, ਕਿਰਤ ਪ੍ਰਧਾਨ ਦੇਸ਼, ਇੱਥੇ ਕੰਮ ਬਿਨਾਂ ਸਰਨਾ ਨਹੀਂ, ਹਰ ਇੱਕ ਨੂੰ ਕਰਨਾ ਪਏਗਾ, ਟੈਨਸ਼ਨ ਬੜੀ ਹੈ ਜੀ, ਬੜੇ ਦੁਖੀ ਹੈ। ਮੈਂ ਉਹਨੂੰ ਅਰਜ਼ ਕਰਾਂਗਾ ਕਿ ਸਵੇਰੇ ਉੱਠ ਕੇ ਅਸਾਸ ਗ੍ਰਾਹ ਸਿਮਰਨ ਕਰਦੇ ਨਾ, ਜਿਵੇਂ ਸਾਹ ਅੰਦਰ ਜਾਵੇ, ਵਾਹੇ ਵਾਹ ਗੁਰੂ, ਵਾਹ ਗੁਰੂ, ਗੁਰੂ 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 ਗੁਰੂ, ਇਹਦੇ ਨਾਲ ਵੀ ਸਿਹਤ ਠੀਕ ਹੋ। ਰਾਮਦੇਵ ਇੰਡੀਆ 'ਚ, ਸਵਾਮੀ ਰਾਮਦੇਵ ਬਹੁਤ ਉਹਨਾਂ ਨੇ ਤੁਹਾਡੇ ਇੰਗਲੈਂਡ, ਅਮੈਰੀਕਾ, ਕੈਨੇਡਾ ਵਿੱਚ ਸਾਰੇ ਕਿਤੇ ਬੜਾ ਉਹਨਾਂ ਨੇ ਯੋਗਾ ਦਾ ਸਾਧਨ। ਹੁਣ ਇਹ ਸਾਡੇ ਧਰਮ ਵਿੱਚ ਤਿਆ ਆਹ ਵੇਖੋ, ਇਹ ਇਦੋਂ ਵੱਡਾ ਕੀ ਯੋਗਾ, ਇਹ ਸਭ ਨਾਲੋਂ ਅੱਛਾ ਸਾਧਨ ਇਹ ਨਾ, ਬਾਬੇ ਰਾਮਦੇਵ ਦਾ ਸਭ ਤੋਂ ਇੱਕ ਨੰਬਰ ਦਾ ਨੁਕਤਾ ਹੈ ਜਿਹੜਾ ਆ ਹੈ, ਜਿਹੜਾ ਆਪਾਂ ਕਰ ਸਾਹ ਅੰਦਰ ਲੈਣਾ, ਜ਼ੋਰ ਨਾਲ ਬਾਹਰ ਅੰਦਰ, ਇਹ ਸਭ ਨਾਲੋਂ ਅੱਛਾ ਤਰੀਕਾ। ਹੁਣ ਇਹ ਸਿਮਰਨ ਵੀ ਹੋ ਰਿਹਾ ਤੇ ਸਿਹਤ ਵੀ ਤੰਦਰੁਸਤ ਰਹਿੰਦੀ, ਜਿੰਨਾ ਜ਼ਿਆਦਾ ਸਿਮਰਨ ਕਰਨ ਵਾਲਾ ਆ ਉਹ ਜ਼ਿਆਦਾ। ਸਾਇੰਟਿਸਟ ਇਸ ਗੱਲ ਨੂੰ ਮੰਨਦੇ ਆ ਕਿ ਬ੍ਰੇਨ ਸਾਡਾ ਦਿਮਾਗ ਆਮ ਬੰਦਾ 10% ਵਰਤਦਾ, ਉਸ ਤੋਂ ਜਿਹੜਾ ਥੋੜਾ ਪੜ੍ਹਿਆ ਲਿਖਿਆ ਚੰਗਾ ਬਿਜ਼ਨਸਮੈਨ 12-13%, ਬਹੁਤ ਵੱਡੇ ਸਾਇੰਟਿਸਟ 18%, 20% ਤੋਂ ਵੱਧ ਕਿਸੇ ਦਾ ਦਿਮਾਗ ਨਹੀਂ ਵਰਤਿਆ ਜਾਂਦਾ, 100% 20% ਵਰਤਦੇ ਆਮ ਲੋਕ। ਪਰ ਜਦੋਂ ਆਪਾਂ ਜ਼ੋਰ ਨਾਲ ਵਾਹਿਗੁਰੂ ਕਹਿੰਦੇ ਹਾਂ ਨਾ, ਇਹਦੇ ਨਾਲ ਦਿਮਾਗ ਖੁੱਲਦਾ, ਜ਼ਿਆਦਾ ਤੇਜ਼ ਕੰਮ ਕਰਦਾ ਦਿਮਾਗ। ਕਦੇ ਵੀ ਅਸੀਂ ਉਨੀਂਦਰੇ ਹਾਂ ਜੀ, ਸਵੇਰੇ ਉੱਠ ਕੇ ਸਿਮਰਨ ਕਰਨਾ, ਸਵੇਰੇ ਉੱਠ ਕੇ ਨੀਂਦ ਪੂਰੀ ਨਹੀਂ ਹੋਈ, ਕੀ ਕਰੀਏ, ਕਿੱਧਰ ਨੂੰ ਜਾਈਏ, ਨਹੀਂ ਸਿਮਰਨ ਕਰੋ। ਤੁਹਾਡੀ ਨੀਂਦ ਘੱਟ ਹੈ ਨਾ, ਜੇ ਤੁਸੀਂ 3 ਘੰਟੇ ਸੁੱਤੇ, ਸੌਣਾ ਚਾਹੁੰਦੇ ਹੋ 7-6 ਘੰਟੇ, 3 ਘੰਟੇ ਸੁੱਤੇ ਹੋ ਤੇ 10 ਮਿੰਟ ਵਾਸਤੇ ਸਾਸ ਗ੍ਰਾਸ ਸਿਮਰਨ ਕਰੋ। ਸਾਸ ਗ੍ਰਾਸ ਸਿਮਰਨ ਅਖੰਡ ਕੀਰਤਨੀ ਸਿੰਘ ਬਹੁਤ ਕਰਦੇ, ਮੈਂ ਸਾਰਿਆਂ ਨੂੰ ਜਿਹੜਾ ਵੀ ਮੈਨੂੰ ਮਿਲਦਾ ਮੈਂ ਕਹਿੰਦਾ ਇੱਦਾਂ ਕਰਿਆ ਤੋ, ਇਹਦੇ ਨਾਲ ਦਿਮਾਗ ਬਹੁਤ ਤੇਜ਼ ਕੰਮ ਕਰਦਾ, ਜ਼ੋਰ ਨਾਲ ਜਦੋਂ ਅਸੀਂ ਉਹ ਖੁੱਲਦਾ ਦਿਮਾਗ ਜ਼ਿਆਦਾ, ਸਿਹਤ ਵੀ ਠੀਕ ਰਹਿੰਦੀ ਹੈ, ਪੇਟ ਠੀਕ ਰਹਿੰਦਾ, ਪੇਟ ਦੀਆਂ ਬਿਮਾਰੀਆਂ ਠੀਕ ਰਹਿੰਦੀਆਂ, ਇਹਦਾ ਮਤਲਬ ਆ ਕੋਈ ਹਰ ਚੀਜ਼ ਦਾ। ਸਵਾਮੀ ਰਾਮਦੇਵ ਦਾ ਇਹ ਸਭ ਨਾਲੋਂ ਕਪਾਲ ਭਾਤੀ, ਉਹ ਕਹਿੰਦੇ ਨੇ ਜ਼ੋਰ ਨਾਲ ਸਾਹ ਅੰਦਰ ਲੈਣਾ, ਖਿੱਚ ਕੇ ਸਾਹ ਫਿਰ ਛੱਡਣਾ, ਇਹ ਸਾਸ ਗ੍ਰਾਹ ਸਿਮਰਨ ਨਾਲ ਆਪੇ ਹੀ ਹੋ ਜਾਂਦਾ। ਤੇ ਜਿੰਨੇ ਸਿੰਘ ਸਿੰਘਣੀਆਂ ਭੈਣਾਂ ਟੈਨਸ਼ਨ ਵਿੱਚ ਹਨ, ਟੈਨਸ਼ਨ ਫ੍ਰੀ ਹੋਣਾ ਚਾਹੁੰਦੇ ਨੇ, ਮੇਰੀ ਬੇਨਤੀ ਮੰਨੋ, ਵੇਖੋ ਭਲਾ ਤੇ ਨਾਮ ਨੇ ਕਰਨਾ ਹੈ, ਸਵੇਰੇ ਉੱਠ ਕੇ ਕੇਸੀ ਇਸ਼ਨਾਨ ਕਰ ਲਓ, ਕੇਸੀ ਇਸ਼ਨਾਨ ਕਰਕੇ ਨਿਤਨੇ ਭਜਨ ਕਰੋ ਸਵੇਰੇ, ਉਦੋਂ ਜੇ ਨਹੀਂ ਸੂਰਜ ਚੜਿਆ, ਇੱਥੇ ਤੇ ਮੇਰੇ ਖਿਆਲ 5-4 ਵਜੇ ਸੂਰਜ ਚੜ ਜਾਂਦਾ, ਇੱਥੇ ਤੇ
चार बजे लो लग जाती है, जो सूरज चढ़ता है उस वेले चौंकड़ा मार के जिथे कितने धुप पैंदी उत्थे चले जाओ, उन्हों 10 मिनट 15 मिनट सिमरन भी करी जाओ ते सूरज दीआं किरणां तुहाडे केसां च पैण दिओ। सारा दिन इदां लगेगा जिवें बहुत नशे च फुरती च रहो, के शीश ना दिमाग जिहड़ा बहुत तेज कम करेगा, कम करन नूं जी करेगा, उत्साह पैदा होएगा। सो इस करके साडे गुरु साहिब ने साडी इह मर्यादा के शीश नान करना। गुरु अर्जन देव साहिब रोज के शीश दान करदे सी, जो किया पहला कमाया भी असी अगे अगे करांगे फिर आपे लगन। महाराज साहब ने केसी स्नान रोज करना लगाए, चौधरी ने रोज दही लेके आना उठ ही लै गया केसी स्नान तो मैं अगे बेनती कर थोड़ी जी लै गया, वो रोज स्नान कराउण वास्ते आउंदे आ। महाराज सच्चे पातशाह दा स्नान कराउणा अज महाराज ने परचा पाता। पट्टी तो तरन तारण का सफर कोई 18-20 किलोमीटर की दूरी है, 20-25 किलोमीटर अमृतसर है उत्थों। पट्टी तो रोज तरन तार आना महाराज सच्चे पातशाह वास्ते स्नान कराउण लई। अज गुरु साहब सच्चे पातशाह चले गए अमृतसर साहब, ते गुरसिखा नूं कह गए चौधरी आएगा उन्हूं कह दिओ अमृतसर चले गए। वो सवेरे महाराज वास्ते दही लैके आया, 2 बजे के करीब स्नान करते रोज। वो तुरिया बड़ी रात नूं सुता नहीं, दही लैके मटकी भर के सिर ते रख के लियाया, बहुत थक गया नंगे पैरी सी। जदों आया तरन तारण साहिब उत्थे गुरसिखा ने कहता महाराज ते अमृतसर चले गए। उन्हें गुस्सा नहीं किया भी जे जाना सी मैनू दस दें दे मैं क्यों आउंदा, जां फिर मैं सीधा अमृतसर जांदा। कुछ नहीं बोलिया महाराज अमृतसर ने कहिंदे अमृतसर ये अमृतसर तुर पिया मटकी चुक के जांदे नूं इहनूं दिन चढ़ गया। अमृतसर गया ते सतगुरु किसे होर राह राही तरन तारण आ गए ते कहे आए वो आएगा उहनूं कह दिओ तरन तारण चले गए। फिर यह जदों गया अमृतसर उतों पता लग्या भी महाराज ते तरन तारण चले गए। ये छकिया इन्हें कुछ नहीं, उवें जिवें मटकी चुकी ते सारा दिन सफर करके शाम तक पहुंचिया तरन तारण। चौधरी है तकड़ा बंदा है पैसे वाला है पर सिर ते मटकी चुकी पैर सुजे पे है, अज दोपहर नूं आया। हुण महाराज कहिंदे पता लगेगा इहदे अंदर की, जो पावे है भांडे विच वस्त सा निकले, क्या कोई करे विचारा। अब पढ़ने ने सज दीवार महाराज साहब कहिंदे आ जो मनुख दे अंदर हुंदा वो एक दिन जीव ते आ जांदा। जे तुहाडे अंदर किसे बंदे प्रति नफरत है तुसी उहनूं कह रहे हो मैं तेरे नाल बड़ा प्रेम करदा, लख छपाला एक दिन तेरी नफरत जीव ते आ जाएगी, एक ना एक दिन अंदरली गल कह देगा। तुसी किसे बंदे नाल प्यार कर रहे हो उत्तों तो उन्होंने दिखावा कर दे मैं तेना गल नहीं करनी तू कुछ नहीं, अंदरों प्यार है, एक ना एक दिन जो अंदर है वो बाहर आ जाएगा। भांडे विच दुध पाया दुध ही निकलेगा, पानी पाया पानी निकलेगा। अंदर जे अंदरले भांडे चीरख है, अंदर जे पाप है, अंदर ते साड़ा है, तो जीव तो असी सदा लई शब्दां दा जाल नहीं पा सकते, एक ना एक दिन अंदरली गल बाहर आ जाएगी। महाराज कहिंदे अज पता लगेगा इहदे अंदर की है। हुण वेखो इत्थे आपां सारी शांति दास बने बैठे शांत आ जी असीं ते बहुत, पर जे कोई सानूं छेड़े पता फिर लगदा वी किद्दां दा है, उदां ते आपां सारी वी सिमरन वाले आ जी, सानूं कोई बंदा बाह तों फड़ के गाल कढ़ देवे फिर पता लगना वी साडी शांति किन्नी है। जिवें गुरु नानक देव साहिब दे वेले सी ना महाराज ने बैठे ते हरिद्वार दे इलाके च महाराज गए, मरदाने ने वो बैठे साधु दा उहदे पास चलिया गया, महाराज तुहानूं मैं खेड विखाउणा है। महाराज कहिंदे बहि जा तेरे मरदाने, नहीं मैं विखाउणा महाराज। वह साधु दे शरीर तों इक चुटकी राख दी चुक ली, उहनूं कहिंदा इह राख काहदी है तुहाडा नाम की है, कहिंदे शांति दास, इह राख काहदी है इह जी, कहिंदा
गोहे दी। अच्छा गोहा कहदा गां दा के मझ दा कहिंदे गां। अच्छा गां काली सी कि चिट्टी। वो चुप कर गया एकदम भी। ये की सवाल कहिंदे दस गां काली सी कि चिट्टी। गां चिट्टी सी। अच्छा देसी सी के बाहरली सी। जदों ये सवाल कीता उन्हें गुस्सा चढ़ गया भी ये की कर रहा ये राख कहदी है। फिर उन्हें पूछ लिया दूजा सवाल गां दी है के मझ दी है। गां देसी सी के वलैती सी काली सी के चिट्टी सी। उन्हें गुस्सा चढ़ गया लक्कड़ चुकी उहदे मगर मगर मारन वास्ते मरदाने नूं। मरदाना भज्जिया फिरदा आले दुआले वह पिछे पिछे गुरु नानक दे पिछे आके लुक गया। संगत सारी वेख रही है। महाराज कहिंदे की गल बई मरदानिया की करदा फिरदा क्यों तेरे पिछे पिया। कहिंदा महाराज ये मैं जान के इहदा आ संगत नूं दसना चाहुंदा है। शांति दास नहीं ते भंबड़ दास आ वेख्या किवें एकदम भड़ गया। कह रहा मैं शांति दास शांति है कि नहीं ये ते जदों कोई सानूं छेड़ेगा फिर पता लगेगा। उदा ते सारे ही आपां नाम रसीए आपां सारे बंदगी वाले आपां सारे भजनीक साडे वर्गा कोई नहीं। असीं बहुत रब दे नेड़े पर पता उदों लगदा जदों परचा पैंदा की अंदर है वह बाहर आएगा। गुरमुख अपनी गुरमुखताई कदे नहीं छड्डदा जिदा दे मर्जी माहौल च हो। मस्त है ना जेड़ा अंदरों वह अपनी मस्ती हमेशा बरकरार रहिंदा दुख ते सुख विच सम रहिंदा इको जिहा रहिंदा। गुरमुख हुण पता लगना इहदे अंदर की है। महाराज गुरु अर्जन देव साहिब बैठे आ लगाहा चौधरी आ गया टिल्लो लाल। जो महाराज को आया सारे अज इदा लगता भी भगा के मारेगा गुस्सा चढ़िया होएगा। उन्हें लिया के मटकी रखी हाथ जोड़े ते कह लगा सच्चे पातशाह मैनू माफ कर। महाराज कहिंदे क्यों माफी मंगदा है। कहिंदा मेरी ये गलती है मैं कल पूछना भुल गया सी कि नहीं लैके कित्थे आवां मैं पूछना सी ये मेरी गलती मैं भुलिया। महाराज सच्चे पातशाह उठे सारी संगत विच घुट के गल ना लाया कहिंदे खुश बने तेरे अज तो नहीं लैके ना आई। कहिंदा गलती होगी कोई नहीं लैके ना आई। कहिंदे हुण नहीं रखिया कर कर मैं आया करांगा इशनान करन तेरे घर। कहिंदे जांदे रहे महाराज उहदे घर बड़े खुश होए उहदे ते। हुण जिहड़ा मान है साडे पिछे पिछे तुरिया तुरिया रहिंदा होमे बस माड़ा जिहा छबद दा होड़ा हटिया नहीं ते दबोच लैंदी है सन। महाराज जदों जाण लग पए इहनूं होमे हो गई भी पता नहीं मैं किड्डा कु वड्डा मेरे घर आउंदे आ। इस रोग तो बचना बड़ा औखा आ। होमे नावे नाल विरोध है दोए ना वस है एक ठाए। होमे विच सेवा ना होवे ता मन बिरथा जाए। होमे दा ते नाम दा आपस विच विरोध है। जिथे नाम आ उथे होमे नहीं हुंदी जिथे होमे आ उथे नाम नहीं। पंजाबी पढ़ते सुनते हो नाम ते मान नूं दो अखर लगते नाम दे नन्ना अगे लग्या ते मान दे नन्ना पिछे लग्या। दोवां दे अखर इको आ विचाले दोवां दे कन्ना लग्या होया। नाम नूं उल्टा कर दिओ मान बन जांदा मान नूं उल्टा कर दिओ नाम बन जांदा। होमै नावै नाल विरोध है दोए ना वसै इक ठाए। होमे दा ते नाम दा विरोध है जिथे नाम है उथे मान नहीं जिथे मान है उथे नाम नहीं एक चीज दा वसा। जिन्ना कोई रंगिया होया गुरसिख उन्नी उहदे विच निमरता भी हुंदी उन्ना नीवा पण भी हुंदा। मन दी निमरता गुरसिख दा गहना गहणिया नाल नहीं फबदा गुरसिख फबदा ही निमरता नाल। मन नीवा मत उच्ची रखनी चाहीदी मन नीवा रखना चाहीदा हमेशा। हुण पता लगना सच्चे पातशाह कहिंदे इहदे अंदर की है। सच्चे पातशाह गलती हो गई महाराज कहिंदे असीं इशनान करन आया करांगे जांदे भी रहे मन च मान आ गया मेरे घर आउंदे आ। एक दिन महाराज बैठे इदां आसन लग्या जमालदीन आया कहिंदा महाराज तुहाडा चौधरी सेवक है
मैं भी तुहाडा सेवक। मैं आख्या मैनू 20 एकड़ जगह चाहिए है ठेके घोड़िया वास्ते, ये मनदा ही नहीं। सतगुरु जी तुसीं इहनू कहो तुहाडी मन लैगा। महाराज कहिंदे चौधरी आ तेरी जमीन खाली पई है भी साडा सेवक तू भी सेवक, ते तू जमीन दे दे तेनू माया मिल जाया करेगी ठेका साल दे साल। उस वेले आखन लगा मैं महाराज जमीन नहीं देनी। सतगुरु कहिंदे चौधरी आ सीधा ही जवाब दे जाना संगत विच, नहीं महाराज मैं जमीन नहीं देनी। मान आ गया मन। महाराज कहिंदे ना बई चौधरी आ जमीन केड़ा वैसे लैनी है माया मिल जाया करेगी, ना महाराज मैं जमीन नहीं देनी। तीजी हरी भी वचन मोड़ दिता। सतगुरु कहिंदे जा चौधरी आ जिस जमीन का मान करदा तेरी मड़ी भी उस जमीन विच नहीं बनेगी। उस वेले मत टिकाने आ गई मेरे तो ते गलती हो गई। इन्हां भी शुक्र है भी कई दी मत टिकाने छेती आ जांदी। अपनी गलती का एहसास करना यह भी चंगी गल। मैं ना मन नूं नहीं बढ़ना चाहिए भी जो मैं कहता उही ठीक है, बस जिथे लगे भी मैं गलत हाँ उत्थे मन लैनी चाहिए अपनी गलती। कुछ नहीं करता जिन्ना कोई नीवा हुंदा उन्ना ही सत्कार उहदा वधदा। मैं हमेशा बेनती करना जेड़े दरखत का कद उच्चा है उहदियां कदे जड़ां खोल के वेखो, उहदियां जड़ां भी नीवियां गईयां हुंदियां। जिहदियां जड़ां नीवियां जाणगियां उन्ना उह दरखत का कद उच्चा होया। जिहड़ा दरखत जड़ां नीवियां ना लजाए उहदा कद नहीं वधेगा। जिहड़े बंदे दा मन नीवा नहीं ना वह उच्ची शख्सियत का मालिक नहीं बन सकता। जिहदा मन नीवा उन्ना ही उच्ची शख्सियत का मालिक बनना। निम्रता गहना बना के रखनी चाहिए है। गुरसिख का गहना आया निम्रता नवाणा बन के रवे। उस वेले मत टिकाने कहते महाराज गलती हो गई माफ कर दो। आ की कहता आप जी ने, महाराज कहते तेरी जगह नहीं मिलेगी हुण तेनू। ए जिहड़ी जमीन का माण करना तेनू संस्कार तेरी मड़ी नहीं बनेगी, इत संस्कार नूं भी जगह नहीं मिलेगी। कहना महाराज इतने जगह मिले ना मिले मेरे शरीर का जो मर्जी हो पर अगे जगह मिलनी चाहिए, ये तो मेरे तो भुल हो। महाराज सच्चे पातशाह मैं माफ कर दो, इतों वास्ते मैं बेनती नहीं करनी। इतने तो शरीर का जो मर्जी हो पर अगे थान दे दो। महाराज खुश होए। फिर वो चौधरी मरण तो पहला पागल हो गया सी। ब्यास ते ढिलवा पिंड है जदों तुसी पंजाब च जाओ, ब्यास दे कंडे ते आके इहदी जान निकल गई सी। ब्यास पिंड दे आने चौधरी दी लाश ढिलवा दी जूझ सुट दित्ती। जिहड़ा चौधरी जिस इलाके च जाके मरदा सी उहदी जमीन उस इलाके दी चौधरी दे नाल लग जांदी सी। उदों दा रूल इदां दा सी। ढिलवाले उठे उन्होंने लाश चुकी रात को ब्यास वाले की जूझ सुट गए। ब्यास वाले अगले दिन उन्होंने रात वेले ढिलवाले की जूझ सुट दी। ये बच्चों को पता ना लग जाए चौधरी मर गया। इतने दोवें पिंड कट्ठे होए। 3 दिन बाद उन्होंने फिर सात संगत चौधरी का अंतम संस्कार दरिया के विच दरिया की जगह च किया। चंगी तरह संस्कार नहीं सी होया उवें जिवें उहदे शरीर नूं ब्यासा दे विच रोड़ दिता। उत्थे ढिलो लाल चौधरी की याद में गुरुद्वारा भी बनिया हुआ। ब्यास ते ढिलवां दी विचाले दरिया के कंढे चौधरी की याद च गुरुद्वारा बनिया। सो जदों निम्रता धार के उन्हें सेवा की महाराज उहदे घर भी जाते रहे, पर जदों मन में मान आ गया तो फिर खाली रह गया। सेवक वो है जिहड़ा मन मार के सेवा करे। सतगुरु की खुशी का बख्शिश का पात्र बनता ही हो। मुरदा होए मुरीद ना गली हो। सेवक मन मारे अपना, मुरदा होए मुरीद ना गली होवना। साबर सिद्क शहीद परम पौ खोवना, गोला मुल खरीद कार जोवना। ना तिस भुख ना नींद ना खाना सोवना, तीहन होए जंदीद पानी धोवना। पखे दीता गीत पग मल धोवना, सेवक होए संजीद ना हसन रोवना। दर दरवेश रसीद पिरम रस भोवना, चंद मुबारक ईद भुग। राणा साहब वाले महापुरख पढ़ते होंगे सी ज्यौंदे मर जाईदा सेवक है बनना औख। सेवक बनने वास्ते मन मारना पैंदा। मन मारे बिन सेवा नहीं हुंदी, मन मारे बिन भगती नहीं हो सकती। सो सच्चे पातशाह साडे सारिआं ते मेहर करन। सेवक दी परिभाषा की है?
सतगुरु बार बार गुरबाणी विच कहिंदे आ सानू सारी दुनिया सेवक कह दिंदी है, ये गुरु घर दे सेवक, पर सतगुरु सेवक बना लैण। लोग सानू गुरसिख कहिंदे आ, गुरसिख बना लैण, आ शरीर जाण तों पहला पहला असी गुरसिख बन सकीए। लोग सानू भाई कहिंदे आ, असी भाई भा जाइए सतगुरां। लोग सानू संत कहिंदे आ, असी जब मरण तो पहला पहला संत बन जाइए। लोग सानू साधु कहिंदे आ, साडे पल्ले साधना आ जाए। ते जेड़ा इस राह ते तुरिया ये असी नहीं कह सकते भी वह साधु नहीं है, अंदरली अवस्था की है ये सतगुरु जान। स्टूडेंट स्टूडेंट है, केड़ी क्लास है ये सतगुरु जान दे। अंदरली अवस्था है, अंदरलियां क्लासां जिवें जिवें बंदा तय करदा है, एक दिन फिर वह सेवक हो जाता है, एक दिन वह गुरसिख हो जाता है, एक दिन वह संत हो जाता है, एक दिन वह साधु बन जाता है, तो एक दिन गुर किरपा जे नरको कीनी तह ए जुगत पछानी, नानक लीन भयो गोबिंद सिंह ज्यों पानी संग पानी। एक दिन लीन भी हो जाता है, जिन्हां ना विसरै नाम सेक ने है, जिन्हां नूं नाम नहीं विसरदा कहो जे है। सवाल होया, महाराज ने जवाब दिता, भेद ना जानो मूल साई दे है, फरकी ना समझो साई नूं जपण वाले एक दिन साई दा ही रूप हो जाते, रब रब करन वाले रब दा रूप बन जाते हैं। कोई भेद नहीं रहिंदा, कोई फर्क नहीं रहिंदा, परमेश्वर की आराधना करन वाले परमेश्वर दा ही रूप है। सुभागा वाले आ जिन्ने तुहाडे च कीर्तनीय सिंह बैठे आ, जिन्नियां साडियां भैणां कीर्तन कर लेंदियां, असली पातशाह ही ओह आ जिसनों बख्शे सिफत सलाह, नानक पातशाही पातशाह, जिन्हों मालक अपनी सिफत सलाह दे देवे वह सब नालों वड्डा पातशाह है, ओदी कोई रीस नहीं कर सकता। इस करके सारे ही भागा वाले गुरमुख हन जिन्हां नूं सतगुरु ने कीर्तन की दात बख्शी। महापुरख बाबा आनंद सिंह कहिंदे हुंदे सी, 100 जन्म की भगती है ना जी दी, उहनूं सतगुरु त्रुट के कीर्तन की दात बख्श दे, 100 जन्म की भगती। बहुत प्यार करदे सी उह कीर्तनियां नाल, सुभागा वाले हन जो सतगुरु की कीर्ति करदे आ। प्यार विच इसे तरह महाराज साहिब जी दे चरणां विच हाजरियां भरदे रहीए, सतगुरु के दर कर दियां खुशियां प्राप्त करते रहिए, ते हमेशा वार दे चरणा विचों मंग मंगते रहना चाहिए सच्चे पातशाह। नाम मिले ता जीवा, नानक नाम मिले ता जीवा, नाम मिले ता जीवा, नाम मिले ता
जिन्ना चिर शरीर च श्वास हन
बंदगी कर दे रहना बंदे खोज दिल हर रोज ना फिर परेशानी माहे तमाम परेशानों की प्रबंधक कमेटी का धन्यवाद ते सब तो वध धन्यवाद धन श्री गुरु ग्रंथ साहिब क्या नाल आनंद सर च बोलो मैं अगे तो जो कद इंग्लैंड आए या इस धरती से आए जरूर सवेरे शाम जो मौका मिलेगा आप जी के दर्शन करा सतगुरु मेहर कर इस तरह अपने रंग विच रंगी रख इस तरह कृपा रवे चित का खेड़ा बनिया रवे चित की एकाग्रता बनी रवे मन मस्ती विच रवे ये साढ़े सारिया ते सतगुरु कृपा रख रज के सारी संगत बोलो आनंद साहिब बोले सोनिहाल सिर तो लैके पैरां तक जेड़ा औगणा नूं ढक लवे उहनूं कहिंदे सिर पाओ महाराज मेहर करन प्रेम पटोला तै सह दित्ता पटोला कपड़े नूं कहिंदे ढक्कण कूपत मेरी प्रेम रूपी वस्त्र महाराज बख्श दे फिर पत ढकी जांदी आओ महाराज सच्चे पातशाह अपनी बख्शिश दा रहमत दा मेघ बरसाउंदे रहे असी शिरशार हुंदे रहिए लाहा लेंदे रही गज के बोलो राम कली मोहला तीजा नंद एक ओंकार सतगुरु प्रसाद आनंद पाया मेरी माए सतगुरु मैं पाया समरथ स्वामी सो क्यों मन उसारे साचे साहेब क्या नहीं कर दे सदा सिप्त सलाह तेरी नाम मन वसावे सुखमन आए बसिया जिन इच्छा सब बजाइया ऐ नानक सुनो संतो शब्द करो प्यारो साचा तार सुभाग शब्द वज कला जित करता दिया सुनो वट भागी हो सगल मनोरथ